हाँ जी भाई साहब जी, जिदा कि तुसी सानू योग मत बारे गुरमत बारे काफ़ी विस्तार पूर्वक दस्या कि किस तरीके नाल जिहड़ा जीव है वो गुरबाणी दे राही गुरमत नाल जुड़ सकता है, क्योंकि गुरबाणी गुरमत सिखाउंदी है। इस ही तरीके नाल भाई साहब जी, कुछ प्रचारक कुछ कथावाचक गुरबाणी चो एक पंक्ति लेंदे ने, कुछ पंक्तियां लैके कि जिस तरीके नाल राम राम करता सब जग फिरे राम ना पाया जाए, वो इस पंक्ति का इस तरह अर्थ करके सानू सुनाउंदे ते संगत नू गुमराह करदे ने कि परमात्मा नहीं मिल सकता, राम राम कीतियां जां वाहिगुरु वाहिगुरु कीतियां इस दा कोई अर्थ नहीं, कोई लाभ नहीं है। गुरबाणी अनुसार आप जी संगत नू थोड़ा जिहा चानना पाओ ताकि संगत इस बारे जिहड़े अपने शंके निवृत्त कर सके। ਗੁਰਮੁਖ ਪਿਆਰੋ, ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਆਪਾਂ ਨੂੰ ਦੱਸਦੇ ਨੇ, ਸਮਝਾਉਣਾ ਕਰਦੇ ਨੇ, ਜਿਸ ਤਰ੍ਹਾਂ ਤੁਸੀਂ ਸ਼ਬਦ ਬੋਲਿਆ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ। ਹੁਣ ਜਿਸ ਤਰ੍ਹਾਂ ਆਪਾਂ ਵਿਚਾਰ ਕਰ ਰਹੇ ਸੀ ਕਿ ਜਿਹੜੇ ਮਨ ਦੀ ਮੱਤ ਦੁਆਰਾ ਪਰਮਾਤਮਾ ਨੂੰ ਅਰਾਧੇ ਨੇ, ਜਿਹਨਾਂ ਨੇ ਗੁਰੂ ਤੋਂ ਮੱਤ ਗ੍ਰਹਿਣ ਨਹੀਂ ਕੀਤੀ, ਆਪਣੀ ਮੱਤ ਦੁਆਰਾ ਜਪਣਾ ਸ਼ੁਰੂ ਕਰ ਦਿੱਤਾ, ਹੁਣ ਉਹ ਜਪਦੇ ਤਾਂ ਹੈ ਨਾ, ਲੇਕਿਨ ਉਹਨਾਂ ਦਾ ਜਿਹੜਾ ਧਿਆਨ ਹੈ, ਉਹਨਾਂ ਦਾ ਜਿਹੜਾ ਚਿੱਤ ਆ, ਉਹਨਾਂ ਦੀ ਜਿਹੜੀ ਸੁਰਤ ਆ, ਉਹ ਮਾਇਆ ਦੇ ਵਿੱਚ ਲੱਗੀ ਹੁੰਦੀ ਹੈ। ਜਿਸ ਤਰ੍ਹਾਂ ਹੁਣ ਮਹਾਰਾਜ ਕਹਿੰਦੇ ਨੇ ਹਾਰ ਹਾਰ ਨਿਤ ਕਰੇ ਰਸਨਾ, ਕਹਿਆ ਕਛੁ ਨ ਜਾਣੇ ਚਿੱਤ ਜਿਨ ਕਾ ਹਿਰਲਿਆ ਮਾਇਆ, ਬੋਲਣ ਪਹਿਰਵਾਣੀ। ਉਹਨਾਂ ਦਾ ਜਿਹੜਾ ਧਿਆਨ ਆ, ਉਹਨਾਂ ਜਿਹੜਾ ਚਿੱਤ ਆ, ਉਹਨਾਂ ਜਿਹੜੀ ਸੁਰਤ ਆ, ਉਹਨਾਂ ਜਿਹੜਾ ਮਨ ਆ, ਉਹ ਮਾਇਆ ਦੇ ਵਿੱਚ ਲੱਗਾ ਹੁੰਦਾ, ਤ੍ਰੈ ਗੁਣਾਂ ਦੇ ਵਿੱਚ ਲੱਗਾ ਹੁੰਦਾ। ਹੁਣ ਜਿੰਨੀ ਦੇਰ ਤੱਕ ਮਨ ਤ੍ਰੈ ਗੁਣਾਂ ਦੇ ਵਿੱਚ ਚੱਲੀ ਜਾਏਗਾ, ਉਹ ਮੁੱਖ ਦੁਆਰਾ ਤਾਂ ਗੰਢ ਪਏਗੀ, ਲੇਕਿਨ ਅੰਦਰੋਂ ਪਰਮਾਤਮਾ ਦੇ ਨਾਲ ਨਹੀਂ ਜੁੜੇਗੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵਾ, ਉਹਦੇ ਰਹਿਤ ਅਵਰ ਕਾ ਸ਼ਬਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਬਹੁਤੇ ਜਿਹੜੇ ਜੀਵ ਆ, ਉਹ ਮੁੱਖ ਦੁਆਰਾ ਗੰਢ ਪਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਾਣਨ ਹਾਰ ਪ੍ਰਭੂ ਪਰਵੀਨ, ਬਾਹਰ ਵੇਖ ਨਾ ਕਾਹੋਂ ਪੀਣ। ਹੁਣ ਜਿੰਨੀ ਦੇਰ ਤੱਕ ਅੰਦਰੋਂ ਸਾਡੀ ਲਿਵ ਪਰਮਾਤਮਾ ਦੇ ਨਾਲ ਨਹੀਂ ਜੁੜਦੀ, ਅੰਦਰੋਂ ਲਿਵ ਨਾਮ ਦੇ ਨਾਲ ਨਹੀਂ ਜੁੜਦੀ, ਓਨੀ ਦੇਰ ਤੱਕ ਪਰਮਾਤਮਾ ਦੇ ਨਾਲ ਪਿਆਰ ਨਹੀਂ ਪੈਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਦੱਸਿਆ, ਉਪਦੇਸ਼ ਆਪਾਂ ਨੂੰ ਦਿੱਤਾ ਸਮਝਾਉਣ ਦਾ, ਯਤਨ ਉਹ ਆਪਾਂ ਨੂੰ ਸਮਝਾਉਂਦੇ ਨੇ ਵੀ ਜਿੰਨੀ ਦੇਰ ਤੱਕ ਅਸੀਂ ਤ੍ਰੈ ਗੁਣਾਂ ਦੇ ਵਿੱਚ ਕੀਤੀ ਜਾਂਦੇ ਹਾਂ, ਤ੍ਰੈ ਗੁਣ ਸਭਾ ਧਾਤ ਹੈ, ਪੜ ਪੜ ਕਰੇ ਵਿਚਾਰ, ਮੁਕਤ ਕਦੇ ਨਾ ਹੋਵੇ ਨਾ ਪਾਏ ਮੁੱਖ ਦੁਆਰ। ਹੁਣ ਜਿਹੜਾ ਮਨ ਤ੍ਰੈ ਗੁਣਾਂ ਦੇ ਵਿੱਚ, ਤਿੰਨਾਂ ਗੁਣਾਂ ਦੇ ਵਿੱਚ, ਵਿਚਾਰਾਂ ਦੇ ਵਿੱਚ, ਰਜੋ ਤੇ ਆ, ਤਮੋ ਤੇ ਆ, ਸਤੋ ਤੇ ਆ, ਤੇ ਤਿੰਨਾਂ ਗੁਣਾਂ ਦੇ ਵਿੱਚ ਤੁਰਿਆ ਫਿਰਦਾ, ਤੇ ਮਰ ਕਹਿੰਦੇ ਤ੍ਰੈ ਗੁਣ ਵਿੱਚ ਸਹਿਜ ਨਾ ਪਾਈਏ, ਤ੍ਰੈ ਗੁਣ ਭਰਮ ਭੁਲਾਏ, ਪੜੀਏ ਗੁਣੀਏ ਕਿਆ ਕਥੀਏ, ਜੇ ਮੁੱਢੋਂ ਕੁੱਥਾ ਜਾਏ, ਚੌਥੇ ਪਦਮੇ ਸਹਿਜ ਹੈ ਗੁਰਮੁਖ ਪੱਲੇ ਪਾਏ। ਹੁਣ ਮਨ ਜੇ ਤ੍ਰੈ ਗੁਣਾਂ ਦੇ ਵਿੱਚ ਏ, ਤੇ ਤ੍ਰੈ ਗੁਣਾਂ ਦੇ ਵਿੱਚੋਂ ਮਨ ਨੂੰ ਚੌਥੇ ਪਦ ਵਿੱਚ ਲਿਜਾਣ ਵਾਸਤੇ ਸਾਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਪਏਗਾ, ਗੁਰੂ ਤੋਂ ਮਤ ਸਿੱਖਣੀ ਪਏਗੀ। ਹੁਣ ਜਿਹੜੇ ਜੀਵ ਤਿੰਨਾਂ ਗੁਣਾਂ ਦੇ ਵਿੱਚ ਕਰ ਰਹੇ ਨੇ, ਉਹਨਾਂ ਦਾ ਮਿਲਾਪ ਨਹੀਂ ਹੋ ਸਕਦਾ, ਪਰ ਸਾਰੀ ਉਮਰਾਂ ਕੀਤੀ ਜਾਣ। ਜਿਸ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਕਹਿੰਦੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਾਈਆਂ, ਕੋਈ ਅਲਾਹੇ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀ, ਕੋਈ ਨਾਵੇ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ, ਕੋਈ ਪੜੇ ਵੇਦ, ਕੋਈ ਕਤੇਬ, ਕੋਈ ਓਡੇ ਨੀਲ, ਕੋਈ ਸਫੇਦ, ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਂਛੇ ਪਿਸ਼ਤ, ਕੋਈ ਸਰਗਿੰਦੂ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਹੁਣ ਜਿੰਨੀ ਦੇਰ ਤੱਕ ਮਨ ਇਹਨਾਂ ਤ੍ਰੈ ਗੁਣਾਂ ਤੋਂ ਉੱਪਰ ਨਹੀਂ ਉੱਠਦਾ, ਮਨ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਅਰਾਧੀ ਜਾ ਰਿਹਾ, ਉਹ ਅਗੰਮ ਦੇ ਵਿੱਚ ਪ੍ਰਵੇਸ਼ ਨਹੀਂ ਹੋ ਰਿਹਾ, ਉਹ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਕਰ ਸਕੇਗਾ। ਪਰਮਾਤਮਾ ਦੇ ਨਾਲ ਕਿਸ ਨੇ ਮਿਲਣਾ ਆ? ਮਨ ਨੇ, ਤੇ ਮਨ ਜੋਤ ਸਰੂਪ ਹੈ, ਪ੍ਰਕਾਸ਼ ਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਦਾ ਜਿਹੜਾ ਮੂਲ ਹੈ ਉਹ ਵੀ ਪ੍ਰਕਾਸ਼ ਰੂਪ ਹੈ, ਜੋਤ ਸਰੂਪ ਹੈ, ਮਨ ਵੀ ਜੋਤ ਸਰੂਪ ਹੈ। ਮਨ ਅਤੇ ਪਰਮਾਤਮਾ ਦਾ ਮਿਲਾਪ ਕਿਸ ਤਰ੍ਹਾਂ ਹੋਣਾ ਹੈ? ਏਕ ਜੋਤ ਦੋਇ ਮੂਰਤੀ ਸ਼ਬਦ ਮਿਲਾਵਾ ਹੋਏ। ਮਨ ਦੀ ਜਿਹੜੀ ਲਿਵ ਆ ਉਹ ਸ਼ਬਦ ਨਾਲ ਜੁੜਨੀ ਆ,
ਤੇ ਸ਼ਬਦ ਵਿੱਚ ਸਮਾਉਣ ਤੇ ਹੀ ਇਹਨੇ ਸੱਚ ਦੇ ਨਾਲ ਮਿਲਣਾ ਹੈ। ਹੁਣ ਅਸੀਂ ਜਿਹੜਾ ਸਿਮਰਨ ਕਰ ਰਹੇ ਹਾਂ ਵਾਹਿਗੁਰੂ ਗੁਰਮੰਤਰ ਦਾ ਆਪਾਂ ਅਭਿਆਸ ਕਰਨੇ ਜੋ ਗੁਰਬਾਣੀ ਵਿੱਚ ਆਪਾਂ ਨੂੰ ਦੱਸਿਆ ਹੋਇਆ ਨਿਤ ਜਪੀਏ ਸਾਸ ਗਰਾਸ ਨਾਉ ਪਰਵਰਦਗਾਰ ਦਾ। ਜਦੋਂ ਅਸੀਂ ਸਿਮਰਨ ਕਰਦੇ ਹਾਂ ਸਿਮਰਨ ਕਰਦੇ ਕਰਦੇ ਹਾਂ ਮਨ ਨੇ ਐਸੀ ਅਵਸਥਾ ਵਿੱਚ ਚਲੇ ਜਾਣਾ ਹੁੰਦਾ ਕਿ ਜਿਹਦੀ ਅੰਦਰੋਂ ਇਹਦੀ ਲਿਪ ਟੁੱਟੀ ਹੋਈ ਹੈ, ਅੰਦਰਲੇ ਸ਼ਬਦ ਦੇ ਨਾਲ ਇਹਦੀ ਲਿਪ ਜੁੜ ਜਾਏ। ਜਿੰਨੀ ਦੇਰ ਤੱਕ ਅੰਦਰਲੇ ਸ਼ਬਦ ਨਾਲ ਲਿਪ ਨਹੀਂ ਜੁੜੇਗੀ ਮਨ ਆਗਮ ਦੇ ਵਿੱਚ ਪ੍ਰਵੇਸ਼ ਨਹੀਂ ਹੋ ਸਕਦਾ, ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਦੱਸਿਆ ਸਮਝਾਇਆ ਹੋਇਆ ਕਿ ਉਹ ਸ਼ਬਦ ਆਪਣੇ ਅੰਦਰ ਚੱਲ ਰਿਹਾ ਤੇ ਅੰਦਰ ਉਹ ਸ਼ਬਦ ਗੁਪਤ ਹੈ। ਮਨ ਹੁਣ ਤ੍ਰੈ ਗੁਣਾਂ ਦੇ ਵਿੱਚ ਚੱਲਦਾ ਹੈ, ਉਸ ਨੂੰ ਸ਼ਬਦ ਸੁਣਾਈ ਨਹੀਂ ਦਿੰਦਾ, ਜਿਸ ਨੂੰ ਮਾਰੇ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਾਈ ਬੋਲ ਕਚੋਲਾ। ਹੁਣ ਇਹ ਜਿਹੜਾ ਮਾਇਆ ਦਾ ਰੋਲ ਕਚੋਲਾ ਹੈ, ਮਾਇਆ ਦੇ ਜਿਹੜੇ ਵਿਚਾਰ ਨੇ ਇਹਨਾਂ ਤੋਂ ਰਹਿਤ ਹੋਣ ਵਾਸਤੇ ਅੰਦਰ ਜਿਹੜਾ ਸ਼ਬਦ ਚੱਲਦਾ ਉਹਦੇ ਨਾਲ ਜੁੜਨ ਵਾਸਤੇ ਸਾਨੂੰ ਗੁਰਮੰਤਰ ਦਾ ਅਭਿਆਸ ਕਰਨਾ ਪੈਂਦਾ ਹੈ। ਜਿਵੇਂ ਜਿਵੇਂ ਅਸੀਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ ਸਿਮਰਨ ਕਰਦੇ ਕਰਦੇ ਸਹਿਜ ਅਵਸਥਾ ਵਿੱਚ ਪ੍ਰਵੇਸ਼ ਹੁੰਦੇ ਹਾਂ, ਫਿਰ ਅੰਦਰੋਂ ਹੀ ਸ਼ਬਦ ਪ੍ਰਗਟ ਹੁੰਦਾ ਹੈ, ਉਸ ਸ਼ਬਦ ਨਾਲ ਜੁੜ ਕੇ ਅਸੀਂ ਆਗਮ ਦੇ ਵਿੱਚ ਪ੍ਰਵੇਸ਼ ਹੋਣਾ ਹੁੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਮਨ ਸ਼ਬਦ ਨਾਲ ਜੁੜ ਕੇ ਆਗਮ ਦੇ ਵਿੱਚ ਪ੍ਰਵੇਸ਼ ਹੋ ਕੇ ਪਰਮਾਤਮਾ ਨਾਲ ਮਿਲ ਸਕਦਾ, ਨਿਰੰਕਾਰ ਨਾਲ ਮਿਲ ਸਕਦਾ, ਉਸ ਨੂੰ ਦੇਖ ਸਕਦਾ।